ਸੁਆ ਗੁਰੂ ਪਿਆਰੀ ਸਾਧ ਸੰਗਤ ਜੀਓ, ਬੀਬੀ ਜੀ ਦਾ ਹੁਕਮ ਹੋ ਗਿਆ ਕਿ ਦਾਸ ਇੱਕ ਧਾਰਨਾ ਪੜਿਆ ਕਰਦਾ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੀ, ਕਿਉਂਕਿ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਅਤਿ ਸਤਿਕਾਰਯੋਗ ਪਰਮ ਪੂਜਨੀਏ ਹਜ਼ੂਰ ਮਹਾਰਾਜ ਗੁਰੂ ਮਾਤਾ ਸੰਤ ਬੀਬੀ ਬਿਮਲਾ ਰਾਣੀ ਜੀ, ਮੇਰੇ ਸਤਿਗੁਰੂ ਬਾਬਾ ਹੰਸਰਾਜ ਜੀ ਮਹਾਰਾਜ, ਦਾਸ ਧਾਰਨਾ ਪੜਿਆ ਕਰਦਾ ਹੈ ਕਿ ਹੁਕਮ ਹੋਇਆ ਇੱਕ ਧਾਰਨਾ ਪੜੀ ਜਾਵੇ, ਉਸ ਤੋਂ ਬਾਅਦ ਮੈਂ ਸਮਾਪਤੀ ਕਰ ਦੇਣੀ ਹੈ, ਕਿਉਂਕਿ ਸਾਡੇ ਪਾਸ ਸਾਡੇ ਬਹੁਤ ਸਤਿਕਾਰਯੋਗ ਰਾਗੀ ਜਥਾ ਭਾਈ ਸਾਹਿਬ ਭਾਈ ਬਿਰਕਮਜੀਤ ਸਿੰਘ ਜੀ ਮੌਲੀ ਵਾਲੇ ਪਹੁੰਚੇ ਹੋਏ ਆ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ, ਕਿਉਂਕਿ ਇਹ ਉਹਨਾਂ ਦਾ ਆਪਣਾ ਘਰ ਦਾ ਪ੍ਰੋਗਰਾਮ ਹੈ, ਘਰੇਲੂ ਜਥਾ ਆ, ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਕਿ ਸਮਾਂ ਪਹਿਲਾਂ ਮਿਲ ਗਿਆ ਜਾਂ ਬਾਅਦ ਵਿੱਚ ਮਿਲ ਗਿਆ, ਇਸ ਕਰਕੇ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਆਓ, ਇੱਕ ਜੋ ਧਾਰਨਾ ਦਾਸ ਪੜਿਆ ਕਰਦਾ ਹੈ, ਮੈਂ ਪੜ੍ਹ ਕੇ ਸਮਾਪਤੀ ਕਰ ਦੇਣੀ ਆ। ਬਾਹੋਂ ਫੜ ਕੱਢਿਆ ਸੀ ਨਾਮ ਦੇਵ ਨੂੰ, ਦੇਰੇ ਦੇ ਪੁਜਾਰੀਆਂ ਨੇ ਬਾਹੋਂ ਫੜ ਕੱਢਿਆ, ਕਰਤਨਾਮਾ ਬੱਕਰੀ ਉਠਾਇਆ। ਗੁਰੂ ਪਿਆਰੀ ਸਾਧ ਸੰਗਤ, ਇਹ ਉਸ ਸਮੇਂ ਦੀ ਗੱਲ ਹੈ ਜਿਸ ਵਕਤ ਸਤਿਗੁਰੂ ਨਾਮਦੇਵ ਮਹਾਰਾਜ ਜੀ ਇੱਕ ਮੰਜ਼ਿਲ ਤੈਅ ਕਰਦੇ ਜਾ ਰਹੇ ਸਨ, ਰਸਤੇ ਜਦੋਂ ਆਪਣਾ ਪੈਂਡਾ ਤੈਅ ਕਰਦੇ ਜਾ ਰਹੇ ਆ, ਰਸਤੇ ਦੇ ਵਿੱਚ ਜਾਂਦੇ ਆ ਇੱਕ ਮੰਦਿਰ ਦੇ ਕੋਲ ਦੀ ਲੰਘਣ ਲੱਗੇ, ਦੇਖਿਆ ਕਿ ਇਸ ਮੰਦਿਰ ਦੇ ਅੰਦਰ ਮੰਦਿਰ ਦੇ ਪੁਜਾਰੀ ਕੀਰਤਨ ਕਰ ਰਹੇ ਸਨ, ਤੇ ਜਦੋਂ ਸਤਿਗੁਰੂ ਨਾਮਦੇਵ ਮਹਾਰਾਜ ਦੇ ਕੰਨਾਂ ਦੇ ਵਿੱਚ ਆਵਾਜ਼ ਦੀ ਸੁਣਾਈ ਪਈ ਤਾਂ ਸਤਿਗੁਰੂ ਜੀ ਡੇਰੇ ਦੇ ਅੰਦਰ ਚਲੇ ਗਏ, ਡੇਰੇ ਦੇ ਅੰਦਰ ਐਂਟਰ ਹੋ ਗਏ। ਜਦੋਂ ਦੇਖਿਆ ਕਿ ਮੰਦਿਰ ਦੇ ਪੁਜਾਰੀ ਵਧੀਆ ਢੋਲਕੀਆਂ ਛੈਣਿਆਂ ਦੇ ਨਾਲ ਉਹ ਆਪਣੀ
ਕੀਰਤਨ ਕਰ ਰਹੇ ਆ ਤੇ ਸਤਿਗੁਰ ਨਾਮਦੇਵ ਮਹਾਰਾਜ ਜੀ ਬੇਬਸ ਹੋ ਗਏ ਤੇ ਮਹਾਰਾਜ ਜੀ ਨੇ ਆਪਣੀਆਂ ਪੈਰਾਂ ਦੀਆਂ ਖੜਕਾਲਾਂ ਚੱਕ ਲਈਆਂ ਤੇ ਉਹ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਜਿਹੜੇ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਆ ਹਰ 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 ਹਰੇ ਹਰ ਸਿਮਰਤ ਜਨ ਗਾਏ ਨਿਸਤੰਤਰੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਓ ਦੂਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਜਿਹੜੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਰੰਗ ਹੋ ਜਾਂਦੇ ਆ ਨਾ ਤਾਂ ਫਿਰ ਉਹਨਾਂ ਦੇ ਬਸ ਦੀ ਗੱਲ ਨਹੀਂ ਹੁੰਦੀ ਦੁਨੀਆਂ ਦੀ ਪਰਵਾਹ ਨਹੀਂ ਹੁੰਦੀ ਦੁਨੀਆਂ ਚਾਹੇ ਜੋ ਮਰਜ਼ੀ ਕਹੀ ਜਾਵੇ ਕਿਉਂਕਿ ਜਿਨ੍ਹਾਂ ਨੂੰ ਅੰਦਰੋਂ ਲਗਨ ਲੱਗ ਜਾਂਦੀ ਹੈ ਉਹ ਫਿਰ ਇਹ ਦੁਨੀਆਂ ਦੀ ਪਰਵਾਹ ਨਹੀਂ ਰੱਖਦੇ ਜਨ ਰਵਿਦਾਸ ਰਾਮ ਰੰਗ ਰਾਤਾ ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਤੇ ਸਤਿਗੁਰ ਨਾਮਦੇਵ ਮਹਾਰਾਜ ਦੇ ਮਨ ਦੇ ਵਿੱਚ ਬਰਾਗ ਪ੍ਰਗਟ ਹੋ ਗਿਆ ਤੇ ਮਹਾਰਾਜ ਨੇ ਜਦੋਂ ਖੜਕਾਲਾਂ ਵਜਾਉਣੀਆਂ ਸ਼ੁਰੂ ਕੀਤੀਆਂ ਤੇ ਜਿਹੜੇ ਦੇਰੇ ਦੇ ਪੁਜਾਰੀ ਸੀ ਉਹਨਾਂ ਦੇ ਮਨ ਦੇ ਅੰਦਰ ਈਰਖਾ ਪੈਦਾ ਹੋ ਗਈ ਕਿਰਨਾ ਪੈਦਾ ਹੋ ਗਈ ਹੰਕਾਰ ਕਿ ਅਸੀਂ ਉੱਚ ਜਾਤੀ ਦੇ ਲੋਕ ਅਸੀਂ ਵਧੀਆ ਸਾਜਾਂ ਦੀਆਂ ਧੁਨਾਂ ਦੇ ਨਾਲ ਆਪਣਾ ਕੀਰਤਨ ਕਰ ਰਹੇ ਸਾਂ ਇਹ ਨਾਮਦੇਵ ਆ ਕੇ ਸਾਡੇ ਰੰਗ ਦੇ ਵਿੱਚ ਭੰਗ ਪਾ ਰਿਹਾ ਹੋਵੇ ਨਾ ਤਾਂ ਇਹਨੂੰ ਬਾਹ ਫੜ ਕੇ ਬਾਹਰ ਜਾਣ ਲਈ ਕਹਿ ਦਿੱਤਾ ਜਾਵੇ ਉੱਥੇ ਫਿਰ ਬਾਣੀ ਉਚਾਰਨ ਕੀਤੀ ਹੈ ਜਦੋਂ ਸਤਿਗੁਰ ਨਾਮਦੇਵ ਮਹਾਰਾਜ ਜੀ ਨੂੰ ਡੇਰੇ ਦੇ ਪੁਜਾਰੀਆਂ ਨੇ ਬਾਹੋਂ ਫੜ ਕੇ ਬਾਹਰ ਜਾਣ ਲਈ ਕਿਹਾ ਤਾਂ ਉੱਥੇ ਮਹਾਰਾਜ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 1164 ਅੰਗ ਦੇ ਉੱਤੇ ਇਹ ਪਾਵਨ ਸ਼ਬਦ ਸਵਾਇਮਾਨ ਹੈ ਕੀ ਬਾਣੀ ਉਚਾਰਨ ਕਰਦੇ ਆ ਹੱਸ ਤਖੇ ਲੱਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਬਕਰੇ ਉਠਾਇਆ ਅਕਾਲ ਪੁਰਖ ਪ੍ਰਭੂ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਅਰਜੋਈ ਕਰਦੇ ਆ ਕਿ ਅਕਾਲ ਪੁਰਖ ਪ੍ਰਭੂ ਪਰਮਾਤਮਾ ਜੀ ਮੈਂ ਤਾਂ ਤੇਰੇ ਨਾਮ ਦੀ ਆਵਾਜ਼ ਸੁਣੀ ਸੀ ਮੈਂ ਤਾਂ ਤੇਰੇ ਨਾਮ ਦੀ ਗੂੰਜ ਸੁਣ ਕੇ ਇਹ ਮੰਦਰ ਦੇ ਅੰਦਰ ਆ ਵੜਿਆ ਮੈਂ ਤਾਂ ਤੁਰਦਾ ਜਾ ਰਿਹਾ ਸੀ ਆਪਣੀ ਮੰਜ਼ਿਲ ਤੈਅ ਕਰਦਾ ਹੱਸਤ ਖੇਲਤ ਤੇਰੇ ਦੇਹਰੇ ਆ ਗਿਆ ਤੇ ਹੋਇਆ ਕੀ ਇਹ ਸੰਸਾਰ ਦੇ ਮਨੁੱਖ ਹੋਰ ਲੋਕ ਜਿਨ੍ਹਾਂ ਨੇ ਮੈਨੂੰ ਭਗਤ ਕਰਤ ਨਾਮਾ ਪਕੜੇ ਉਠਾਇਆ ਕਹਿੰਦੇ ਮੈਂ ਤਾਂ ਤੇਰਾ ਭਗਤ ਆ ਤੇ ਮੈਨੂੰ ਕਹਿੰਦੇ ਇਹਨਾਂ ਨੇ ਬਾਹੋਂ ਫੜ ਕੇ ਉਠਾ ਦਿੱਤਾ ਤੇ ਬਾਹਰ ਜਾਣ ਲਈ ਕਹਿ ਦਿੱਤਾ ਉੱਥੇ ਧਰਨਾ ਆਈ ਹੈ ਬਾਹੋਂ ਫੜ ਕੱਢਿਆ ਸੀ ਨਾਮ ਦੇ ਤੇਰੇ ਤੇ ਪੁਜਾਰੀਆਂ ਨੇ ਬਾਹੋਂ ਫੜ ਬੇਨਤੀ ਕਰਦੇ ਆ ਸਤਿਗੁਰੂ ਨਾਮਦੇਵ ਮਹਾਰਾਜ ਕਿ ਹਿੰਨੜੀ ਜਾਤ ਮੇਰੀ ਯਾਦ ਮਰਾਇਆ ਹਿੰਨੜੀ ਤੋਂ ਮਤਲਬ ਹੈ ਕਿ ਨੀਵਾਂ
ਯਾਦ ਮਰਾਇਆ ਕਿਆ ਪ੍ਰਭੂ ਪਰਮਾਤਮਾ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 1430 ਅੰਗ 36 ਮਹਾਂਪੁਰਸ਼ਾਂ ਨੇ ਬਾਣੀ ਉਚਾਰਨ ਕੀਤੀ ਔਰ ਸਾਰਿਆਂ ਮਹਾਂਪੁਰਸ਼ਾਂ ਨੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੂੰ ਇੱਕ ਨਹੀਂ ਅਨੇਕਾਂ ਨਾਮਾਂ ਦੇ ਨਾਲ ਪੁਕਾਰਿਆ ਤੇ ਉੱਥੇ ਸਤਿਗੁਰ ਨਾਮਦੇਵ ਮਹਾਰਾਜ ਜੀ ਕਹਿੰਦੇ ਆ ਅਕਾਲ ਪੁਰਖ ਪ੍ਰਭੂ ਚਰਨਾਂ ਦੇ ਵਿੱਚ ਕਹਿਨੜੀ ਜਾਤ ਮੇਰੀ ਯਾਦ ਮਰਾਇਆ ਸ਼ੀਪੇ ਕੇ ਜਨਮ ਕਾਹੇ ਕੋ ਆਇਆ ਕਹਿੰਦੇ ਇਹ ਜਿਹੜੇ ਸੰਸਾਰ ਦੇ ਲੋਕ ਆ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਫਸੀ ਹੈ ਕਿ ਮੈਂ ਨਾਮਦੇਵ ਇੱਕ ਨੀਵੀਂ ਜਾਤ ਦੇ ਵਿੱਚ ਆਉਣ ਕਰਕੇ ਇਹਨਾਂ ਨੇ ਮੈਨੂੰ ਬਾਹਾਂ ਫੜ ਕੇ ਬਾਹਰ ਜਾਣ ਲਈ ਕਿਹਾ ਉੱਥੇ ਧਰਨਾ ਬਾਹੋਂ ਫੜ ਕੱਢਿਆ ਸੀ ਨਾਮਦੇਵ ਨੂੰ ਤੇਰੇ ਦੇ ਜਿਸ ਵਕਤ ਸਤਿਗੁਰ ਨਾਮਦੇਵ ਮਹਾਰਾਜ ਜੀ ਨੂੰ ਬਾਹੋਂ ਫੜ ਕੇ ਉਠਾ ਦਿੱਤਾ ਗਿਆ ਬਾਹਰ ਜਾਣ ਲਈ ਕਿਹਾ ਤਾਂ ਸਤਿਗੁਰ ਨਾਮਦੇਵ ਮਹਾਰਾਜ ਸੱਚੇ ਪਾਤਸ਼ਾਹ ਲੈ ਕੰਬਲੀ ਚੱਲਿਓ ਪਲਟਾਏ ਤੇ ਗੁਰੂ ਮਹਾਰਾਜ ਨੇ ਆਪਣੇ ਗਲ ਦੇ ਵਿੱਚ ਕੰਬਲੀ ਪਾਈ ਹੋਈ ਸੀ ਕਹਿੰਦੇ ਕੰਬਲੀ ਦੀ ਮਾਰੀ ਬੁੱਕਲ ਤੇ ਮਹਾਰਾਜ ਜੀ ਉੱਠ ਖੜੇ ਹੋਏ ਲੈ ਕੰਬਲੀ ਚੱਲਿਓ ਪਲਟਾਏ ਦੇਹਰੇ ਪਾਛੇ ਬੈਠਾ ਜਾਏ ਤੇ ਕਹਿੰਦੇ ਦੇਹਰੇ ਦੇ ਪਿਛਵਾੜੀ ਜਾ ਕੇ ਬੈਠ ਗਏ ਚੌਕੜਾ ਮਾਰ ਲਿਆ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਨਾਲ ਜਿਹੜੀ ਲਿਵ ਲੱਗੀ ਹੋਈ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਆ ਧਿਆਨ ਧਰਿਆ ਹੋਇਆ ਆ ਤਾਂ ਉੱਥੇ ਕੀ ਹੋਇਆ ਪ੍ਰਭੂ ਪਰਮਾਤਮਾ ਦਾ ਸਿੰਘਾਸਨ ਡੋਲਿਆ ਦੇਖਿਆ ਕਿ ਮੇਰਾ ਭਗਤ ਨਾਮਦੇਵ ਮੇਰੀ ਯਾਦ ਦੇ ਵਿੱਚ ਜੁੜਿਆ ਹੋਇਆ ਆ ਜੁਗੋ ਜੁਗ ਰੱਖਦਾ ਆਇਆ ਜੀ ਪ੍ਰਭੂ ਲਾਜ ਭਗਤਾਂ ਦੀ ਗੁਰੂ ਪਿਆਰੀ ਸਾਧ ਸੰਗਤ ਉੱਥੇ ਫਿਰ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਐਸਾ ਕ੍ਰਿਸ਼ਮਾ ਕੀਤਾ ਐਸਾ ਕੌਤਕ ਕੀਤਾ ਕੀ ਹੋਇਆ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ
ਭਗਤ ਜਨਾ ਕਉ ਦੇਹਰਾ ਫਿਰੈ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਉ ਦੇਹਰਾ ਫਿਰੈ ਜਿਸ ਤਰ੍ਹਾਂ ਸਤਿਗੁਰੂ ਨਾਮ ਦੇ ਮਹਾਰਾਜ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਵਿੱਚ ਜੁੜੇ ਹੋਏ ਆ ਪਰਮਾਤਮਾ ਦਾ ਗੁਣ ਗਾਉਂਦੇ ਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਦੇਹਰਾ ਸੀ ਨਾ ਉਹ ਘੁੰਮਦਾ ਘੁੰਮਦਾ ਸਤਿਗੁਰ ਨਾਮ ਦੇ ਮਹਾਰਾਜ ਜੀ ਦੇ ਮੁੱਖ ਵੱਲ ਨੂੰ ਘੁੰਮ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਸਤਿਗੁਰੂ ਮਹਾਰਾਜ ਜੀ ਦੀ ਜੈ ਜੈਕਾਰ ਹੋਈ ਤੇ ਜਿਹੜੇ ਦੇਰੇ ਦੇ ਪੁਜਾਰੀ ਸੀ ਮਨੋ ਕਠੋਰ ਲੋਕ ਈਰਖਾਵਾਦੀ ਲੋਕ ਜਿਨ੍ਹਾਂ ਦੇ ਮਨ ਦੇ ਅੰਦਰ ਜਾਤ ਪਾਤ ਦਾ ਇੱਕ ਹੰਕਾਰ ਸੀ ਤੇ ਉੱਥੇ ਸਤਿਗੁਰ ਨਾਮ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਢਹਿ ਢੇਰੀ ਹੋ ਗਏ ਤੇ ਸਤਿਗੁਰ ਨਾਮ ਦੇ ਮਹਾਰਾਜ ਦੀ ਜੈ ਜੈਕਾਰ ਹੋਈ ਹੈ ਤਾਂ ਕਰਕੇ ਗੁਰੂ ਪਿਆਰੀ ਸਾਧ ਸੰਗਤ ਇਹ ਦਾਸ ਧਰਨਾ ਪੜਿਆ ਕਰਦਾ ਹੈ ਆਓ ਸਾਰੇ ਇੱਕ ਵਾਰੀ ਰਲ ਕੇ ਪੜ ਲਈਏ ਬਾਹੋਂ ਫੜ ਕੱਢਿਆ ਸੀ ਨਾ